ਕਿਸਾਨ ਦੋਸਤੋ ਇੱਕ ਆਮ ਹੀ ਚਰਚਾ ਸਾਡੇ ਚੱਲ ਰਹੀ ਸੀ ਕਿ ਆਧਾਰ ਕਾਰਡ ਤੇ ਪੈਨ ਕਾਰਡ ਦੋਵਾਂ ਨੂੰ ਆਪਸ ਰੇ ਵਿੱਚ ਲਿੰਕ ਕਰਉਣਾ ਹੈ ਪੰਜਾਬੀ ਚ ਕਹ ਲਈ ਕਿ ਜੋੜਨਾ ਹੈ ਇਹਦੇ ਵਾਸਤੇ ਭਾਰਤ ਸਰਕਾਰ ਨੇ ਆਖਰੀ ਤਰੀਕ ਦਿੱਤੀ ਸੀ 31 ਮਾਰਚ 2023 ਭਾਵੇਂ ਕਿ ਬਹੁਤ ਵਾਰ ਇਹਦੇ ਡੇਟ ਵਧਾਈ ਗਈ ਹੈ ਪਰੰਤੂ ਅੱਜ ਤੱਕ ਕੇਵਲ ਪੂਰੇ ਭਾਰਤ ਦੇ ਵਿੱਚੋਂ 51 ਕਰੋੜ ਵਿਅਕਤੀਆਂ ਨੇ ਆਪਣੇ ਆਧਾਰ ਤੇ ਪੈਨ ਕਾਰਡ ਲਿੰਕ ਕਰਾਏ ਹੈ ਤੇ ਇੱਕ ਵੱਡੀ ਸੰਖਿਆ ਦੇ ਵਿੱਚ ਲੋਕ ਹਜੇ ਵੀ ਰਹਿੰਦੇ ਐ ਜਿਨ੍ਹਾਂ ਨੇ ਆਪਦਾ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਨਹੀਂ ਕਰਵਾਇਆ ਤਾਂ ਇਹਦੇ ਵਿੱਚ ਜਿਹੜੀ ਖਬਰ ਹੈ ਉਹ ਇਹ ਹੈਗੀ ਹੈ ਕਿ ਹੁਣ ਤੁਹਾਨੂੰ ਆ ਤਿੰਨ ਦਿਨ ਦੀ ਵਿੱਚ ਭੱਜਾ ਦੌੜ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਖੁੱਲਾ ਟਾਈਮ ਦਿੱਤਾ ਹੈ ਕਿ 30 ਜੂਨ 2023 ਤੱਕ ਤੁਸੀਂ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਕਰਵਾ ਸਕਦੇ ਹੋ ਠੀਕ ਹੈ 3 ਜੂਨ 2023 ਤੱਕ ਅੱਛਾ ਕੁਝ ਵਿਅਕਤੀ ਉਹਨੂੰ ਛੋਟ ਵੀ ਹੈਗੀ ਐ ਕਿ ਜੇ ਉਹ ਨਹੀਂ ਕਰਾਉਂਦੇ ਤਾਂ ਕੋਈ ਦਿੱਕਤ ਨਹੀਂ ਉਹ ਕਿਹੜੇ-ਕਿਹੜੇ ਵਿਅਕਤੀ ਹੈ ਜਿਹੜਾ ਕੋਈ ਐਨ ਆਰ ਆਈ ਹੈ ਜਾਂ ਨਾਟ ਜਿਹੜਾ ਭਾਰਤ ਦਾ ਨਾਗਰਿਕ ਨਹੀਂ ਹੈਗਾ ਜਾਂ ਉਹ ਵਿਅਕਤੀ ਜਿਨ੍ਹਾਂ ਦੀ 80 ਸਾਲ ਤੋਂ ਉਮਰ ਜ਼ਿਆਦਾ ਹੈ ਜਾਂ ਉਹ ਵਿਅਕਤੀ ਜੋ ਅਸਾਮ ਮੇਘਾਲਿਆ ਜਾਂ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਉਹਨਾਂ ਨੂੰ ਜਿਹੜਾ ਹੈਗਾ ਛੋਟ ਇਸ ਤੋਂ ਠੀਕ ਹੈ ਬਾਕੀ ਵਿਅਕਤੀ ਜੇਕਰ 30 ਜੂਨ 2023 ਤੱਕ ਆਧਾਰ ਤੇ ਪੈਨ ਕਾਰਡ ਆਪਣਾ ਲਿੰਕ ਨਹੀਂ ਕਰਾਉਂਦੇ ਤਾਂ ਉਹਨਾਂ ਨੂੰ ਫਿਰ ਕਈ ਤਰੀਕਿਆਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਵੇਂ ਕਿ ਸਾਡੇ ਕਿਸਾਨ ਵੀ ਕੋਈ ਟੈਕਸ ਨਹੀਂ ਭਰਦੇ ਇਹਨਾਂ ਨੂੰ ਜਿਹੜਾ ਹੈਗਾ ਉਹ TDS TCS ਰਿਫੰਡ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਪਰੰਤੂ ਜੇ ਤੁਸੀਂ ਆਪਣਾ ਆਧਾਰ ਕਾਰਡ ਬਣਾਇਆ ਹੋਇਆ ਹੈ ਤੇ ਪੈਨ ਕਾਰਡ ਵੀ ਬਣਾਇਆ ਹੋਇਆ ਹੈ ਠੀਕ ਹੈ ਤਾਂ ਇਹਨੂੰ ਤੁਸੀਂ ਵਰਤਦੇ ਵੀ ਹੋ ਤਾਂ ਫਿਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਟਾਈਮ ਸਿਰ ਇਹਨਾਂ ਨੂੰ ਲਿੰਕ ਕਰਵਾ ਲਈਏ ਕਿਸੇ ਵੀ ਸੀਏ ਕੋਲੇ ਜਾਓ ਜਾਂ ਆਨਲਾਈਨ ਹੈ ਇਹਨੂੰ ਤੁਸੀਂ ਲਿੰਕ ਕਰਵਾ ਸਕਦੇ ਹੋ ਜਿੱਥੋਂ ਆਧਾਰ ਕਾਰਡ ਬਣਵਾਇਆ ਸੀ ਜਿੱਥੋਂ ਪੈਨ ਕਾਰਡ ਬਣਵਾਇਆ ਸੀ ਤੁਸੀਂ ਉਸੇ ਜਗ੍ਹਾ ਤੋਂ ਤੁਸੀਂ ਇਸ ਨੂੰ ਲਿੰਕ ਕਰਵਾ ਸਕਦੇ ਹੋ ਠੀਕ ਹੈ ਤੇ ਤਾਂਕਿ ਵਿੱਖਦੇ ਵਿੱਚ ਜੇਕਰ ਕੋਈ ਦਿੱਕਤ ਆਉਂਦੀ ਹੈ ਉਹ ਦਿੱਕਤ ਨੂੰ ਨਾ ਹੋਵੇ ਹੁਣ ਇਸ ਸਮੇਂ ਇਹਦੀ ਜਿਹੜੀ ਫੀਸ ਹੈ ਪਹਿਲਾਂ ਫ੍ਰੀ ਹੁੰਦਾ ਸੀ ਫਿਰ ਇਹਦੀ ਫੀਸ ਕਰਤੀ ਸੀ 1000 ਰੁਪਇਆ ਕਈ ਵੀਰ ਇਹ ਸਵਾਲ ਕਰਨਗੇ ਕਿ ਯਾਰ ਪੈਨ ਕਾਰਡ ਤਾਂ ਬਣਦਾ ਹੀ ਨਹੀਂ ਜਿੰਨੀ ਦੇ ਅਧਾਰ ਕਾਰਡ ਨਾਲ ਦੇਗੇ ਤਾਂ ਮੇਰੇ ਸਾਥੀਓ 2017 ਤੋਂ ਪਹਿਲਾਂ ਜਿਹੜੇ ਪੈਨ ਕਾਰਡ ਬਣੇ ਐ ਉਹਨਾਂ ਦੇ ਨਾਲ ਆਧਾਰ ਕਾਰਡ ਨਹੀਂ ਦਿੱਤਾ ਗਿਆ ਸੀਗਾ ਉਦੋਂ ਆਧਾਰ ਕਾਰਡ ਦੇਣਾ ਜ਼ਰੂਰੀ ਨਹੀਂ ਹੁੰਦਾ ਸੀ 2017 ਤੋਂ ਬਾਅਦ ਜਿਹੜੇ ਪੈਨ ਕਾਰਡ ਬਣੇ ਐ ਉਹ ਸਾਰੇ ਜਿਹੜਾ ਹੈਗਾ ਆਧਾਰ ਕਾਰਡ ਦੇ ਨਾਲ ਲਿੰਕ ਨੇ ਪਰੰਤੂ ਫੇਰ ਵੀ ਤੁਸੀਂ ਜਿਹੜਾ ਹੈਗਾ ਵੈਬਸਾਈਟ ਦੇ ਉੱਪਰ ਜਾ ਕੇ ਇਹ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਹੈਗਾ ਲਿੰਕ ਹੈ ਜਾਂ ਨਹੀਂ ਹੈ ਜਾ ਤੁਸੀਂ ਆਪਣੇ ਸੀਏ ਦੇ ਕੋਲ ਜਾ ਕੇ ਜਿੱਥੋਂ ਤੁਸੀਂ ਪੈਨ ਕਾਰਡ ਬਣਾਇਆ ਉੱਥੇ ਦਿਖਾ ਲਓ ਕਿ ਮੇਰਾ ਆਧਾਰ ਕਾਰਡ ਤੇ ਪੈਨ ਕਾਰਡ ਲਿੰਕਿਆ ਜਾਂ ਨਹੀਂ ਹੈ ਤਾਂ ਹੁਣ ਤੁਹਾਨੂੰ 30 ਜੂਨ 2023 ਤੱਕ ਦਾ ਟਾਈਮ ਹੈ ਉਸ ਟਾਈਮ ਦੇ ਵਿੱਚ ਤੁਸੀਂ ਆਪਣਾ ਇਹ ਕਰਵਾ ਸਕਦੇ ਹੋ ਮੈਂ ਵੀਡੀਓ ਤਾਂ ਪਾਈ ਹੈ ਬਈ ਪਹਿਲਾਂ ਪੱਜਾ ਡੋੜੀ ਦੀ ਗੱਲ ਸੀ ਵੀ ਅਸੀਂ 31 ਮਾਰਚ ਤੋਂ ਪਹਿਲਾਂ ਪਲਾ ਕਰ ਲੀਏ ਉਸ ਤੋਂ ਪਹਿਲਾਂ ਤਾਂ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਤਾਂ ਹੁਣ ਤੁਹਾਨੂੰ ਟਾਈਮ ਮਿਲ ਗਿਆ ਹੈ 30 ਜੂਨ 2023 ਤੱਕ ਦਾ ਇਹਨੂੰ ਧਿਆਨ ਰੱਖਿਓ ਜੋ ਬਾਕੀ ਆ ਜਿਹੜੀ ਨਿਊਜ਼ ਮੈਂ ਤੁਹਾਨੂੰ ਦਿਖਾ ਰਿਹਾ ਇਹਨੂੰ ਮੈਂ ਇਹ ਜਿਹੜਾ ਹੈਗਾ ਪ੍ਰੈਸ ਇਨਫੋਰਮੇਸ਼ਨ ਬਿਊਰੋ ਗੌਰਮੈਂਟ ਆਫ ਇੰਡੀਆ ਦੀ ਹੈ ਇਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੈ ਉੱਥੋਂ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਕੀ ਡਿਟੇਲ ਇਹ ਕਹਿਣਾ ਚਾਹੁੰਦੇ ਹੈ ਉਮੀਦ ਕਰਦਾ ਹਾਂ ਜਾਣ ਕੇ ਲਾਇਕ ਹੋ ਸਾਕ ਤੋਂ ਈ ਧੰਨਵਾਦ ਦੋਸਤੋ ਮੇਹਰ ਬਣੇ ਦੋਸਤੋ